ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਬਹੁਤ ਬੇਸਬਰੀ ਦੇ ਨਾਲ ਤੁਸੀਂ ਉਡੀਕਦੇ ਹੋ, ਤੁਸੀਂ ਵਿਦੇਸ਼ ਜਾਣਾ ਹੁੰਦਾ ਹੈ, ਜਾਣਨਾ ਚਾਹੁੰਦੇ ਹੋ ਕਿ ਕਿਸ ਰਸਤੇ ਜਾਈਏ, ਕਿਵੇਂ ਜਾਈਏ, ਕਿਸ ਕੰਸਲਟੈਂਟਸ ਦੇ ਥਰੂ ਜਾਈਏ, ਕਿੰਨੀਆਂ ਫੀਸਾਂ ਲੱਗਦੀਆਂ, ਹਰ ਚੀਜ਼ ਤੁਸੀਂ ਜਗਿਆਸਾ ਰੱਖਦੇ ਹੋ ਜਾਣਨ ਦੀ। ਸਾਡਾ ਮੋਟਿਵ ਵੀ ਹੁੰਦਾ ਕਿ ਤੁਹਾਨੂੰ ਅਸੀਂ ਵੱਧ ਤੋਂ ਵੱਧ ਅਵੇਅਰ ਕਰ ਸਕੀਏ। ਸੋ ਅੱਜ USA, ਕੈਨੇਡਾ, ਪੋਲੈਂਡ ਦੇ ਵਿੱਚ ਜਾਣ ਦੇ ਤਰੀਕੇ, ਉੱਥੋਂ ਦੀਆਂ ਫੀਸਾਂ, ਉੱਥੋਂ ਦਾ ਸਕੋਪ, ਕਾਲਜਸ, ਕੋਰਸਿਸ, ਹਰ ਚੀਜ਼ ਬਾਰੇ ਗੱਲ ਕਰਾਂਗੇ। ਐਕਸਪਰਟ ਨੇ ਮੇਰੇ ਨਾਲ ਇਸ ਵਕਤ ਗੌਰਵ ਤਲਵਾਰ ਜੀ, ਸੈਟਲਿੰਗ ਅਬਰੋਡ ਤੋਂ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਗੌਰਵ ਜੀ। ਸਭ ਤੋਂ ਪਹਿਲਾਂ USA ਵੱਲ ਮੈਂ ਆਊਂਗਾ। ਇਸ ਵਕਤ ਸਕਸੈਸ ਰੇਟ ਕੀ ਚੱਲ ਰਿਹਾ? ਦੇਖੋ ਰਣਬੀਰ ਜੀ, ਜੋ ਡੈਫੀਨੇਟਲੀ US ਦੇ ਵਿੱਚ ਸਰਕਾਰ ਚੇਂਜ ਹੋਣ ਤੋਂ ਬਾਅਦ ਹੁਣ ਸਕਸੈਸ ਰੇਟ ਵਿੱਚ ਥੋੜ੍ਹਾ ਜਿਹਾ ਡਾਊਨਫਾਲ ਦੇਖਿਆ। ਜੋ ਵੀਜ਼ਾ ਰੇਟ ਹੈ ਉਹ 10-15% ਥੱਲੇ ਆ ਗਿਆ। ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਐਡਵਰਟਾਈਜ਼ਮੈਂਟ ਦੇ ਵਿੱਚ ਅਤੇ ਅਖਬਾਰਾਂ ਦੇ ਵਿੱਚ USA ਲੁਪਤ ਜਿਹਾ ਹੋ ਰਿਹਾ। ਕਿੱਥੇ ਜਿੱਥੇ ਕੁਛ ਸਮੇਂ ਪਹਿਲੇ ਖੜ ਆ ਗਿਆ ਸੀ, ਹਰ ਦੂਜੀ ਕੰਪਨੀ US ਦੀ ਐਡ ਦੇ ਰਹੀ ਸੀ, ਹਰ ਬੰਦਾ US ਮੁਹਿੰਮ ਕਹਿ ਰਿਹਾ ਸੀ, ਅਤੇ US ਦਾ ਵੀਜ਼ਾ ਸਕਸੈਸ ਰੇਟ ਜਿਹੜਾ ਹੈ ਉਹ ਡਾਊਨ ਆ ਗਿਆ। ਕੱਲ੍ਹ ਵੀ ਮੇਰੀ ਲਾਸਟ ਯੂਨੀਵਰਸਿਟੀ ਦੇ ਨਾਲ ਗੱਲ ਹੋ ਰਹੀ ਸੀ ਅਤੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ ਕਿ ਇੱਕ ਸਭ ਤੋਂ ਵੱਡੀ ਪ੍ਰੋਬਲਮ ਜੋ ਸਕਸੈਸ ਰੇਟ ਵਿੱਚ ਦੇਖਣੇ 'ਚ ਆ ਰਹੀ ਹੈ, ਜੋ ਸਮਝ ਆ ਰਹੀ ਹੈ, ਉਸ ਦੇ ਵਿੱਚ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਬੱਚੇ ਜੋ ਉੱਥੇ US ਪਹੁੰਚ ਜਾਂਦੇ ਨੇ ਉਹ ਜਿਹੜੀ ਯੂਨੀਵਰਸਿਟੀ ਦਾ ਵੀਜ਼ਾ ਲੈ ਕੇ ਜਾਂਦੇ ਨੇ ਜਾਂ ਜਿਸ ਕਮਿਊਨਿਟੀ ਕਾਲਜ ਜਾਂ ਸਟੇਟ ਯੂਨੀਵਰਸਿਟੀ ਨਾਲ ਕੰਮ ਕਮਿਟ ਕਰਕੇ ਆਉਂਦੇ ਨੇ ਉੱਥੇ ਨਹੀਂ ਪੜ੍ਹਦੇ। ਜੋ ਇੱਕ ਇਮੀਗ੍ਰੇਸ਼ਨ ਵਿੱਚ ਜੋ ਇੱਕ ਬਹੁਤ ਵੱਡਾ ਰੀਜ਼ਨ ਦੇਖਿਆ ਜਾ ਰਿਹਾ ਜਿਸ ਕਰਕੇ ਪੰਜਾਬ ਜਾਂ ਹਰਿਆਣਾ ਜਾਂ ਹਿਮਾਚਲ ਦੇ ਸਟੂਡੈਂਟਸ ਦੀ ਜੈਨੂਇਨਿਟੀ 'ਤੇ ਡਾਊਟ ਕਰ ਰਿਹਾ ਵੀਜ਼ਾ ਅਫਸਰ, ਅੱਜ ਵੀਜ਼ਾ ਨਹੀਂ ਮਿਲ ਰਿਹਾ ਅਤੇ ਕਿਉਂ ਨਹੀਂ ਪੜ੍ਹਦਾ ਸਰ? ਪ੍ਰੋਬਲਮ ਬੇਸਿਕ ਦੇਖੋ, ਆਸਟ੍ਰੇਲੀਆ ਨਾਲ ਜਦੋਂ ਕੰਪੈਰੀਜ਼ਨ ਕਰਦੇ ਹਾਂ ਤਾਂ ਇਹ ਚੀਜ਼ ਤੱਥ ਨਿਕਲ ਕੇ ਸਾਹਮਣੇ ਆਈ ਸੀ ਕਿ ਬੱਚੇ ਨੂੰ ਜਿਸ ਯੂਨੀਵਰਸਿਟੀ 'ਚ ਭੇਜਿਆ ਗਿਆ ਉਹਦੀ ਫੀਸ ਜ਼ਿਆਦਾ ਸੀ, ਬਿਲਕੁਲ ਕੰਮ ਕਰਨ ਦੀ ਪਰਮਿਸ਼ਨ ਨਹੀਂ ਸੀ, ਬੱਚੇ ਨੇ ਪੈਸੇ ਲੋਨ 'ਤੇ ਵਿਆਜ 'ਤੇ ਚੱਕੇ। ਬੱਚਾ ਸੋਚਦਾ ਚਲੋ $20,000 ਕਿਉਂ ਭਰਨੇ, $5,000 ਵਾਲੀ 'ਚ ਚਲੇ ਜਾਓ, 15 ਬਚਦਾ। ਬਿਲਕੁਲ, ਬਟ ਇੱਥੇ ਵੀ ਕੀ, ਇੱਥੇ ਕੀ ਕਾਰਨ ਨੇ ਕਿ ਬੱਚਾ ਕਾਲਜ ਛੱਡ? ਦੇਖੋ ਇੱਥੇ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਬੱਚਾ ਇੱਥੋਂ, ਇੱਥੇ ਵੀ ਯੂਨੀਵਰਸਿਟੀਜ਼ ਜੋ ਸਟੇਟ ਯੂਨੀਵਰਸਿਟੀਜ਼ ਹੈ ਉਹਨਾਂ ਦਾ ਜੋ ਫੀਸ ਸਟਰਕਚਰ ਹੈ ਉਹ ਕੁਛ ਕਾਲਜਾਂ ਤੋਂ ਬਹੁਤ ਜ਼ਿਆਦਾ ਹਾਈ ਹੈ। ਉੱਥੇ ਕੁਛ ਇਹੋ ਜਿਹੇ ਕਮਿਊਨਿਟੀ ਛੋਟੇ ਕਾਲਜ ਨੇ ਜੋ ਪਰ ਮੰਥ ਵੀ ਫੀਸ ਲੈ ਲੈਂਦੇ ਨੇ, $1,000 ਜਾਂ ਇਸ ਤਰ੍ਹਾਂ ਦੀ ਫੀਸ ਲੈ ਕੇ ਬੱਚੇ ਨੂੰ ਪੜ੍ਹਾਉਂਦੇ ਆ, ਅਤੇ ਬੱਚਾ ਕੀ ਕਰਦਾ ਉੱਥੇ ਜਾ ਕੇ ਫੀਸ ਨਹੀਂ ਭਰਦਾ। ਇਹੀ ਮੁੱਦੇ 'ਤੇ ਮੇਰੀ ਡਿਸਕਸ਼ਨ ਚੱਲ ਰਹੀ ਸੀ ਕਿ ਕਿਹੋ ਜਿਹੇ ਇਹੋ ਜਿਹਾ ਕਾਰਨ ਕੀਤਾ ਜਾਏ ਜਿਸ ਕਰਕੇ ਅਸੀਂ ਇਹ ਅਸ਼ੋਰ ਹੋ ਸਕੀਏ ਕਿ ਬੱਚਾ ਉੱਥੇ ਜਾ ਕੇ ਜੁਆਇਨ ਕਰੇਗਾ। ਜਿਸ ਤਹਿਤ ਅਸੀਂ ਇਹ ਸੋਚਿਆ ਕਿ ਹੁਣ ਬੱਚੇ ਨੂੰ ਜੋ I-20 ਹੈ ਉਹ ਅਸੀਂ ਸੋਫਟ ਕਾਪੀ ਦਿਆ ਕਰਾਂਗੇ ਔਰ ਜੋ ਓਰਿਜਨਲ I-20 ਹੈ ਉਸ ਯੂਨੀਵਰਸਿਟੀਜ਼ ਦੇ ਕੋਲ ਰਿਹਾ ਕਰੇਗੀ। ਆਫਟਰ ਗ੍ਰਾਂਟ ਦਾ ਵੀਜ਼ਾ, ਜਦੋਂ ਬੱਚੇ ਹੁਣ ਵੀਜ਼ਾ ਅਫਸਰ ਨੂੰ ਵੀ ਅਸੀਂ ਇਹ ਗੱਲ ਕਹਿ ਸਕਾਂਗੇ ਕਿ ਮੈਂ ਉੱਥੇ ਕਿਉਂ ਪੜ੍ਹਾਂਗਾ, ਕਿਉਂਕਿ ਮੇਰੀ ਓਰਿਜਨਲ I-20 ਜੋ ਹੈ ਉਹ ਹਾਲੇ ਵੀ ਯੂਨੀਵਰਸਿਟੀ ਕੋਲ ਹੈ। ਯੂਨੀਵਰਸਿਟੀ ਬੱਚਾ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਯੂਨੀਵਰਸਿਟੀ ਨੂੰ ਫੀਸ ਤਾਰੇਗਾ ਉਸ ਤੋਂ ਬਾਅਦ I-20 ਲੋਡ ਇੰਟਰਵਿਊ ਤਾਂ ਨਹੀਂ ਪਏਗੀ? ਸੋਫਟ I-20 ਨਾਲ ਚੱਲ ਸਕਦਾ। ਓਕੇ, ਉਸ ਦੇ ਲਈ ਹਾਰਡ I-20 ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਇੱਕ ਕਾਪੀ ਅੰਬੈਸੀ ਨੂੰ ਬਾਏ ਡਿਫਾਲਟ ਚਲੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਜਦੋਂ ਫਿਰ ਬੱਚਾ ਫਸਟ ਪੀਸ ਉਤਾਰ ਦੂਗਾ ਉਸ ਤੋਂ ਬਾਅਦ ਉਹਨੂੰ I-20 ਓਰਿਜਨਲ ਮਿਲੇਗੀ। ਅਗਰ ਉਹ ਵਿਦਾਊਟ I-20 ਉੜਨ ਦੀ ਕੋਸ਼ਿਸ਼ ਕਰੂਗਾ ਤਾਂ ਇਮੀਗ੍ਰੇਸ਼ਨ ਤੋਂ ਉਹਨੂੰ ਇਮੀਜੀਏਟ ਵਾਪਸ ਭੇਜ ਦਿਆ ਜਾਏਗਾ, ਕਿਉਂਕਿ I-20 ਕੈਸਲ ਹੁੰਦੇ ਹੀ ਉਹਦਾ ਵੀਜ਼ਾ ਜਿਹੜਾ ਹੈ ਬਲੌਕ ਹੋ ਜਾਏਗਾ। ਇਹ ਸਖਤ ਕਦਮ ਅੱਜ ਦੇ ਸਮੇਂ 'ਤੇ ਚੱਕਣ ਦੀ ਜ਼ਰੂਰਤ ਹੈ, ਕਿਉਂਕਿ ਕੁਛ ਗਲਤ ਜਾਂ ਕੁਛ ਅਨਅਵੇਅਰਡ ਬੱਚੇ ਜੋ ਸਾਡੇ ਅੱਛੇ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਦਾ ਰਸਤਾ ਵੀ ਰੋਕ ਰਹੇ ਨੇ, ਉਹਨਾਂ ਨੂੰ ਵੀ ਪੜ੍ਹਨ ਲਈ ਬਹੁਤ ਅੱਛੀ ਕਰੀਮ ਬੈਠੀ ਹੈ ਜਿਹੜੀ ਪੜ੍ਹ ਸਕਦੀ ਹੈ। ਬਿਲਕੁਲ, ਤੇ ਜਿਹੜੀ ਪਹੁੰਚਣ ਵਾਲੀ ਕਰੀਮ ਹੈ, ਪਹੁੰਚਣ ਵਾਲੇ ਸੌਰੀ, ਉਹ ਕਰੀਮ ਨੂੰ ਵੀ ਰੋਕ ਰਹੇ ਨੇ, ਚੰਗੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ। ਬਿਲਕੁਲ, ਭਵਿੱਖ ਖਰਾਬ ਹੋ ਰਿਹਾ। ਇਸ ਮੁਹਿੰਮ ਤਹਿਤ ਅਸੀਂ ਇਹੀ ਕੰਸੀਡਰ ਕਰਨਾ ਚਾਹੁੰਦੇ ਹਾਂ ਕਿ ਬੱਚਾ, ਔਰ ਇੱਕ ਸਭ ਤੋਂ ਵੱਡੀ ਚੀਜ਼ ਰਣਬੀਰ ਜੀ, ਕੰਸਲਟੈਂਸੀ ਸਟੱਡੀ ਅਬਰੋਡ ਇੱਕ ਬਹੁਤ ਗੁੱਡ ਆਪਸ਼ਨ ਹੈ ਸਾਡੇ ਬੱਚਿਆਂ ਲਈ, ਬਟ ਉਸ ਸਟੱਡੀ ਅਬਰੋਡ ਲਈ ਚੁਆਇਸ ਆਫ ਗੁੱਡ ਕੰਸਲਟੈਂਸੀ ਇਹ ਬਹੁਤ ਇੰਪੋਰਟੈਂਸ ਰੋਲ ਰੱਖਦਾ ਬੱਚੇ ਲਈ, ਕਿਉਂਕਿ ਇੱਕ ਮਾੜਾ ਏਜੰਸੀ, ਇੱਕ ਮਾੜੀ ਸੋਚ ਜਾਂ ਇੱਕ ਅਨਐਕਸਪਰਟਾਈਜ਼, ਜਾਂ ਇੱਕ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵੀ ਜੋ ਕੰਸਲਟੈਂਸੀ ਹੈ ਉਹ ਇਹ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਦਾ ਵੀਜ਼ਾ ਨਾ ਲੱਗੇ, ਬਟ ਕਿਤੇ ਨਾ ਕਿਤੇ ਲੈਕ ਆਫ ਐਕਸਪੀਰੀਅੰਸ। ਹੁਣ ਇੱਕ ਬੰਦਾ ਬਿਮਾਰ ਹੈ, ਜਾਨ ਬਚਾਉਣੀ ਮੈਂ ਵੀ ਹੁੰਦੀ ਚਾਹੁੰਦਾ, ਪਰ ਮੈਂ ਡਾਕਟਰ ਨਹੀਂ ਹਾਂ, ਮੈਂ ਕਿਵੇਂ ਬਚਾ ਸਕਦਾ? ਸਿਰਫ ਇੱਕ ਸੋਚ ਮਹਿਜ਼ ਮੈਂ ਕਿਸੇ ਦਾ ਵੀਜ਼ਾ ਨਹੀਂ ਲਵਾ ਸਕਦਾ, ਉਸ ਕੰਮ ਵਿੱਚ ਮੇਰੀ ਐਕਸਪਰਟਾਈਜ਼ ਹੋਣੀ ਵੀ ਜ਼ਰੂਰੀ ਹੈ। ਅਤੇ ਇੱਥੇ ਇਹ ਬੱਚਿਆਂ ਨੂੰ ਦੇਖਣਾ ਪਏਗਾ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਕੀ ਆਈ ਕਿ ਇਮੀਗ੍ਰੇਸ਼ਨ ਦਾ ਕੰਮ ਖੋਲ੍ਹਣ ਵਿੱਚ ਜਾਂ ਕੋਈ ਦੁਕਾਨ ਖੋਲ੍ਹਣ ਵਿੱਚ ਬਾਹਲੀ ਮੋਟੀ ਚੌੜੀ ਕੋਈ ਇਨਵੈਸਟਮੈਂਟ ਨਹੀਂ ਹੁੰਦੀ। ਤੁਸੀਂ ਕੋਈ 2 ਕਰੋੜ 2 ਕਰੋੜ ਦਾ ਸਮਾਨ ਨਹੀਂ ਪਾਉਣਾ,
ਤੁਸੀਂ ਕਿਸੇ ਤਰ੍ਹਾਂ ਦਾ ਕੋਈ ਐਗਰੀਮੈਂਟ ਨਹੀਂ ਹੈ, ਕਿਸੇ ਤਰ੍ਹਾਂ ਪ੍ਰੋਡਕਟ ਦਾ ਕੁਝ ਵੇਚਣਾ ਹੀ ਨਹੀਂ, ਪ੍ਰੋਡਕਟ ਦਾ ਐਜੂਕੇਸ਼ਨ ਹੈ ਬਿਲਕੁਲ, ਔਰ ਜੋ ਵੀ ਪ੍ਰੋਸੈਸਿੰਗ ਵੀ ਪ੍ਰੋਸੈਸਿੰਗ ਹੈ, ਕੋਈ ਦੋ ਦੋ ਚਾਰ ਚਾਰ ਛੇ ਛੇ ਮਹੀਨੇ ਕੰਮ ਕਰਨ ਵਾਲੇ ਬੰਦੇ ਵੀ ਆਪਣਾ ਆਫਿਸ ਖੋਲ੍ਹ ਲੈਂਦੇ ਨੇ, ਹਾਲਾਂਕਿ ਉਹਨਾਂ ਨੂੰ D160 ਵੀ ਨਹੀਂ ਭਰਨਾ ਹੁੰਦਾ। ਅਤੇ ਇਸ ਲਈ ਇਹ ਲੋਕਾਂ ਨੂੰ ਦੇਖਣਾ ਪਏਗਾ, ਇਹ ਸਟੂਡੈਂਟ ਨੂੰ ਦੇਖਣਾ ਪਏਗਾ ਕਿ ਉਹ ਜਿਸ ਦੇ ਥਰੂ ਆਪਣਾ ਕੰਮ ਕਰਾ ਰਹੇ ਨੇ ਉਹ ਕਿੰਨਾ ਪੁਰਾਣਾ ਹੈ, ਕਿੰਨੇ ਟਾਈਮ ਤੋਂ ਕੰਮ ਕਰ ਰਿਹਾ, ਇਨਫਰਾਸਟ੍ਰਕਚਰ ਕਿੰਨਾ ਹੈ, ਡਿਪਾਰਟਮੈਂਟਸ ਕਿੰਨੇ ਨੇ, ਕੀ ਉਹ ਵੀਜ਼ਾ ਲਵਾਉਣ ਦੇ ਲਾਇਕ ਖੁਦ ਦੀ ਵੀ ਕੋਈ ਹਿਸਟਰੀ ਹੈ ਜਾਂ ਨਹੀਂ ਹੈ। ਅਗਰ ਮੈਂ ਇਹ ਨਹੀਂ ਕਹਿੰਦਾ ਕਿ ਹਰ ਜੋ ਨਵਾਂ ਬੰਦਾ ਖੁੱਲ੍ਹਿਆ ਉਹ ਫਰੋਡ ਹੀ ਕਰ ਰਿਹਾ, ਬਟ ਉਹ ਲੈਕ ਆਫ ਐਕਸਪੀਰੀਅੰਸ ਦੀ ਵਜ੍ਹਾ ਨਾਲ ਤੁਹਾਡੀ ਸਹੀ ਫਾਈਲ ਨੂੰ ਵੀ ਖਰਾਬ ਕਰ ਦੂਗਾ। ਪ੍ਰੈਜੈਂਟੇਸ਼ਨ ਬਹੁਤ ਵੱਡੀ ਚੀਜ਼ ਹੈ। ਬਿਲਕੁਲ, ਮੰਨ ਲਓ ਚਿੱਠੀ ਤਿਆਰ, ਮੈਂ ਆਪਣੀ ਲਾਈਨ ਦੀ ਗੱਲ ਕਰ ਲਾਂ, ਜਦੋਂ ਦੋ ਤਿੰਨ ਵਾਰ ਚਾਰ ਵਾਰ ਬਾਹਰ ਜਾਣ ਦਾ ਮੌਕਾ ਮਿਲਿਆ, ਬਾਏ ਮੀਡੀਆ ਜਾਂਦੇ ਹਾਂ, ਸਾਡੀਆਂ ਚਿੱਠੀਆਂ ਲੱਗਦੀਆਂ, ਉਹ ਚਿੱਠੀਆਂ ਹਰ ਕੰਸਲਟੈਂਟਸ ਤਿਆਰ ਨਹੀਂ ਕਰਦਾ, ਉਹਦੇ ਵਿੱਚ ਵਰਡਿੰਗ ਕਿਸ ਤਰ੍ਹਾਂ ਦੀ ਪਾਉਣੀ ਹੈ ਤਾਂ ਕਿ ਅੰਬੈਸੀ ਇੰਪ੍ਰੈਸ ਹੋ ਸਕੇ। ਇਹੀ ਟੈਕਨੀਕਲਟੀ ਹੈ, ਇਹੀ ਐਕਸਪੀਰੀਅੰਸ ਹੈ। ਜੇ ਅਣਜਾਣ ਬੰਦਾ ਕੋਈ ਚਿੱਠੀ ਬਣਾਊਗਾ ਉਹਦਾ ਵੀਜ਼ਾ ਨਹੀਂ ਲੱਗਣਾ। ਸੋ ਤਜ਼ਰਬੇਕਾਰ ਕੰਸਲਟੈਂਟਸ ਦਾ ਫਰਕ ਰਹਿੰਦਾ ਕਿ ਕਿਵੇਂ ਉਹਨੇ ਵੀਜ਼ਾ ਲਵਾ ਕੇ ਦੇਣਾ ਹੈ, ਪ੍ਰੈਜੈਂਟ ਕਿਵੇਂ ਕਰਨਾ ਹੈ, ਕਿਹੜੀ ਚੀਜ਼ ਨੂੰ ਅੱਗੇ ਲੈਣਾ, ਕਿਹੜੀ ਨੂੰ ਪਿੱਛੇ ਲੈਣਾ। ਦੇਸ਼ ਦੇ ਵਿੱਚ ਟਾਈ ਅਪ ਤਾਂ ਹੋਣੇ ਜ਼ਰੂਰੀ ਜ਼ਰੂਰੀ ਨੇ, ਉਹਦੀ ਆਪਣੀ ਐਕਸਪਰਟੀਜ਼ ਵੀ ਹੈ। ਇਹ ਵੀ ਇੱਕ ਦੇਖਣ ਨੂੰ ਆਇਆ ਮਾਮਲਾ ਸਾਹਮਣੇ ਕਿ ਜਦੋਂ ਵੀ ਫੋਰਮ ਭਰੇ ਜਾਂਦੇ ਆ ਜਾਂ ਕੋਈ ਤਿਆਰੀ ਕੀਤੀ ਜਾਂਦੀ ਹੈ, ਕੋਈ ਫਾਈਲ ਹੈ, ਸਟਾਫ 'ਤੇ ਸਿੱਟ ਦਿੱਤਾ ਜਾਂਦਾ। ਜੇ ਤੁਸੀਂ ਐਕਸਪਰਟ ਹੋ, ਤੁਸੀਂ ਟੀ ਵੀ 'ਤੇ ਆ ਰਹੇ ਹੋ, ਤੁਸੀਂ ਸਰਵਿਸਿਜ਼ ਦੇ ਰਹੇ ਹੋ, ਆਪ ਕਿਉਂ ਨਹੀਂ ਕਰਦੇ? ਇਹ ਇੱਕ ਵੱਡੀ ਵੱਡੀ ਸਮੱਸਿਆ ਪੰਜਾਬ 'ਚ। ਦੇਖੋ ਰਣਵੀਰ ਜੀ, ਮੈਂ ਜਨਰਲ ਐਗਜ਼ਾਮਪਲ ਨਾਲ ਲੈਂਦੇ ਹੋਏ, ਇਫ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ, ਸੈਟਲਿੰਗ ਅਬਰਾਡ ਦੀ ਗੱਲ ਕਰਾਂ, ਮੇਰੇ ਪੂਰੇ ਹਰ ਡਿਪਾਰਟਮੈਂਟ ਅਲੱਗ ਅਲੱਗ ਹੈ, ਔਰ ਹਰ ਫਾਈਲ ਪ੍ਰੋਸੈਸ ਹੋਣ ਤੋਂ ਪਹਿਲੇ 5 ਚੈੱਕ ਪੁਆਇੰਟ ਨੇ। ਉਹਨੂੰ ਫਸਟਲੀ ਜੋ 3 ਪੁਆਇੰਟ ਤੱਕ ਜੋ ਹੈ ਉਹ ਸਟਾਫ ਦੇ ਜੋ ਐਕਸਪਰਟ ਬੰਦੇ ਨੇ ਉਹ ਚੈੱਕ ਕਰਨਗੇ, ਚੌਥੇ ਔਰ ਪੰਜਵੇਂ ਪੁਆਇੰਟ ਤੋਂ ਉਹਨੂੰ ਮੈਂ ਚੈੱਕ ਕਰਾਂਗਾ। ਡੈਫੀਨੇਟਲੀ ਇੱਕ ਆਫਰ ਲੈਟਰ ਅਪਲਾਈ ਹੋਣ ਤੋਂ ਪਹਿਲੇ ਵੀ ਫੋਰਮ ਮੇਰੇ ਤੋਂ ਸਾਈਨ ਹੋਏਗਾ, ਫਾਈਲ ਜਦੋਂ ਓਪਰੇਸ਼ਨਸ ਵਿੱਚ ਜਾਏਗੀ ਉਸਦੇ ਡਾਕੂਮੈਂਟ ਜਦੋਂ ਪੂਰੇ ਹੋਣਗੇ ਲਾਸਟ ਪੁਆਇੰਟ 'ਤੇ ਵੀ ਮੈਂ ਸਾਈਨ ਕਰਾਂਗਾ। ਸਬਮਿਸ਼ਨ ਤੋਂ ਪਹਿਲੇ ਬੱਚਾ ਇੱਕ ਵਾਰ ਮੈਨੂੰ ਮਿਲੇਗਾ, ਔਰ ਸਬਮਿਸ਼ਨ ਤੋਂ ਪਹਿਲੇ ਮੈਂ ਉਹਨਾਂ ਨਾਲ ਹਰ ਪਹਿਲੂ ਡਿਸਕਸ ਕਰਾਂਗਾ। ਮੈਂ ਅੱਜ ਵੀ ਜਦੋਂ ਚੈਨਲ ਆ ਰਿਹਾ ਸੀ ਉਸ ਤੋਂ ਪਹਿਲੇ ਮੈਂ 2 US ਦੇ ਬੱਚਿਆਂ ਦੇ ਇੰਟਰਵਿਊ ਸੀ ਜਿਨ੍ਹਾਂ ਨੂੰ ਮਿਲਿਆ, ਔਰ ਮੈਨੂੰ ਲੱਗਿਆ ਕਿ ਉਹ ਕਿਸੇ ਪੱਖ ਮਾਰੋਂ ਇੱਕ ਹਾਲੇ ਦੇ ਆਰ ਨੋਟ ਪ੍ਰਪੇਅਰਡ ਕਿ ਉਹ ਗੱਲ ਕਰ ਸਕਣ, ਉਹ ਇੱਕ ਦੋ ਜਗ੍ਹਾ 'ਤੇ ਅਟਕ ਰਹੇ ਸੀ। ਮੈਂ ਉਹਨਾਂ ਦਾ ਇੰਟਰਵਿਊ ਡਿਲੇ ਕਰਾਈ, ਸੈਸ਼ਨ ਅੱਡੇ ਕਰਾਇਆ। ਹੁਣ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜੋ ਸਾਨੂੰ ਸਮਝ ਆ ਸਕਦੀਆਂ, ਮੇਰਾ ਸਟਾਫ ਕਿਸੇ ਵੀ ਲੈਵਲ 'ਤੇ ਉਸ ਜਗ੍ਹਾ 'ਤੇ ਖੜ੍ਹ ਕੇ ਨਹੀਂ ਸੋਚ ਸਕਦਾ। ਅਤੇ ਰਣਵੀਰ ਜੀ, ਇਹ ਜ਼ਰੂਰ ਦੇਖਣਾ ਜ਼ਰੂਰੀ ਹੈ ਕਿ ਉਹ ਕੰਸਲਟੈਂਸੀ ਦਾ ਜੋ ਮਾਲਕ ਹੈ, ਉਹ ਕੰਸਲਟੈਂਸੀ ਜੋ ਚਲਾ ਰਿਹਾ ਹੈ, ਉਹ ਆਪਦਾ ਉਹਦਾ ਕਿੰਨਾ ਯੋਗਦਾਨ ਹੈ। 80% ਜਾਂ ਮੈਕਸੀਮਮ ਕੰਸਲਟੈਂਸੀਜ਼ ਵਿੱਚ ਮਾਲਕ ਖੁਦ ਅਨਐਕਸਪੀਰੀਅੰਸਡ ਨੇ, ਉਹਨਾਂ ਨੇ ਉਹਨਾਂ ਖੁਦ ਜਾਂ ਤਾਂ ਉਹ ਕੈਸਟ ਕੱਢ ਰਹੇ ਨੇ, ਜਾਂ ਗਾਣਾ ਉਗਾ ਰਹੇ ਨੇ, ਜਾਂ ਉਹਨਾਂ ਦੀ ਬੱਸਾਂ ਚੱਲ ਰਹੀਆਂ ਨੇ, ਜਾਂ ਉਹਨਾਂ ਦਾ ਕੋਈ ਹੋਰ ਬਿਜ਼ਨਸ ਹੈ, ਪ੍ਰੋਪਰਟੀ ਡੀਲਰ ਹੈ, ਉਹਨਾਂ ਨੇ ਆਪਣੀ ਇੱਕ ਕੰਸਲਟੈਂਸੀ, ਮੁੱਖ ਧੰਦਾ ਨਹੀਂ ਹੈ ਜਿਹੜਾ ਹੈਗਾ ਕੰਸਲਟੈਂਸੀ, ਉਹਨਾਂ ਦੇ ਵਿੱਚ ਇਹਨੂੰ ਇੱਕ ਮੈਂ ਕਹੂੰਗਾ ਕਿ ਇੱਕ ਸਾਈਡ ਬਿਜ਼ਨਸ ਬਣਾ ਰੱਖਿਆ। ਸਾਈਡ ਬਿਜ਼ਨਸ ਕਿ ਜਿੰਨੇ ਪੈਸੇ ਆ ਗਏ ਠੀਕ ਹੈ ਜੇਬ 'ਚ ਕਰ ਲਾਂਗੇ, ਜਦੋਂ ਕਿ ਇੱਕ ਬਹੁਤ ਵੱਡਾ ਖਿਲਵਾੜ ਹੈ ਬੱਚਿਆਂ ਦੀ ਜ਼ਿੰਦਗੀ ਦੇ ਨਾਲ। ਜੇ ਤੁਸੀਂ ਪੂਰਾ ਦਿਨ ਦਫ਼ਤਰ ਬੈਠ ਕੇ ਫਾਈਲਾਂ ਨਹੀਂ ਦੇਖ ਸਕਦੇ, ਸਰਟੀਫਿਕੇਟ ਨਹੀਂ ਚੈੱਕ ਕਰ ਸਕਦੇ, ਵਿਦੇਸ਼ਾਂ 'ਚ ਕਾਲਜਾਂ ਨਾਲ ਗੱਲ ਨਹੀਂ ਕਰ ਸਕਦੇ, ਸਟਾਫ ਟ੍ਰੇਨਡ ਨਹੀਂ ਕਰ ਸਕਦੇ, ਕਿਉਂ ਕਿਉਂ ਇਹੋ ਜਿਹਾ ਖਿਲਵਾੜ ਕਰਦੇ ਹੋ? ਔਰ ਦੇਖੋ ਰਣਵੀਰ ਜੀ, ਇਹਦੇ ਵਿੱਚ ਤੁਹਾਡੀ ਆਪਣੀ ਇਨਵੋਲਵਮੈਂਟ ਹੁਣ, ਲਾਈਕ ਜਿਵੇਂ ਦੇਖੋ ਇਹ ਤੁਸੀਂ ਗੱਲਾਂ ਨਾਲ ਸਮਝ ਸਕਦੇ ਹੋ ਐਕਸਪੀਰੀਅੰਸ, ਜੋ I20 ਦਾ ਮੁੱਦਾ ਹੈ ਇਹ ਕਿੰਨੇ ਕੁ ਲੋਕਾਂ ਨੇ ਅੱਜ ਤੱਕ ਕਿਸੇ ਵੀ ਮੰਚ ਤੋਂ ਚੁੱਕਿਆ, ਜੋ I20 ਬੱਚਾ ਉੱਥੇ ਫੀਸ ਕਿਵੇਂ ਜਾ ਕੇ ਭਰੂਗਾ, ਇਹ ਮੁੱਦਾ ਕਿਵੇਂ ਚੱਕਿਆ ਗਿਆ, ਇਹ ਕਿਉਂਕਿ ਮੈਂ ਖੁਦ ਉਸ ਹਰ ਲੈਵਲ ਦੀ ਹਰ ਇੱਕ ਵੀਜ਼ਾ ਲੱਗ ਜਾਂਦਾ, ਉਹਦੀ ਕੋਈ ਗੱਲ ਨਹੀਂ, ਅਗਰ ਕੋਈ ਵੀਜ਼ਾ ਬਾਈ ਚਾਂਸ ਰਿਫਿਊਜ਼ ਹੋ ਜਾਂਦਾ, ਮੈਂ ਉਸਦੇ ਤਹਿ ਤੱਕ ਜਾਣਾ ਕਿ ਕੀ ਕਾਰਨ ਹੋਇਆ, ਕਿਉਂ ਹੋਇਆ, ਕਿਸ ਕਰਕੇ 10% ਅਗਰ ਸਕਸੈਸ ਰੇਟ ਡਿੱਗਿਆ ਤਾਂ ਉਹ ਕਿਸ ਕਰਕੇ ਡਿੱਗਿਆ, ਅਗਰ ਕੋਈ ਕੈਨੇਡਾ ਦਾ ਰਿਫਿਊਜ਼ ਹੋ ਤਾਂ ਉਹਦੇ ਕੈਪਸ ਨੋਟ ਮੈਂ ਆਪਣੇ ਖਰਚੇ 'ਤੇ ਮੰਗਾਉਂਦਾ, ਕਿਉਂਕਿ ਉਸਦੇ ਵਿੱਚ ਇਹ ਜ਼ਰੂਰ ਪਤਾ ਲੱਗਦਾ ਕਿ ਵੀਜ਼ਾ ਅਫਸਰ ਨੂੰ ਅਸੀਂ ਕਿਹੜੇ ਕਿਹੜਾ ਗਰਾਊਂਡ ਹੈ ਜਾਂ ਦੇਤਾ ਜਿਸ ਗਰਾਊਂਡ 'ਤੇ ਸਟੈਂਡ ਲੈ ਕੇ ਉਹਨੇ ਬੱਚੇ ਨੂੰ ਰਿਫਿਊਜ਼ ਕਰਤਾ। ਕਿਉਂਕਿ ਜਦੋਂ ਅਸੀਂ ਇੱਕ ਬ੍ਰਾਂਡ ਦੀ ਗੱਲ ਕਰਦੇ ਹਾਂ, ਇੱਕ ਕੰਪਨੀ ਦੀ ਗੱਲ ਕਰਦੇ ਹਾਂ, ਦੈਨ ਰੈਪੂਟੇਸ਼ਨ ਜੋ ਹੈ ਉਹ ਮੈਟਰ ਕਰ ਜਾਂਦੀ ਹੈ। ਉਦੋਂ ਕੁਛ ਵੀ ਚੀਜ਼ ਮੈਟਰ ਨਹੀਂ ਕਰਦੀ, ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ। ਤੁਸੀਂ ਆਫਟਰ ਵੀਜ਼ਾ ਪੇਮੈਂਟ ਦੇਣਾ ਚਾਹੁੰਦੇ ਹੋ, ਤੁਹਾਡੇ ਕੋਲ ਹੈਗਾ, ਪਰ ਦੇਖੋ ਤੁਸੀਂ ਆਫਟਰ ਵੀਜ਼ਾ ਪੇਮੈਂਟ ਦਿਓ, ਪੈਕੇਜ ਕਰੋ, ਕੋਈ ਪ੍ਰੋਬਲਮ ਨਹੀਂ। ਬਟ ਪ੍ਰੋਬਲਮ ਇੱਥੇ ਆਉਂਦੀ ਹੈ ਜਦੋਂ ਬੱਚਾ ਸਾਡੇ ਕੋਲ ਆਉਂਦਾ, ਉਹ ਕਹਿੰਦਾ ਕਿ ਮੈਂ ਇੱਕ ਕੰਟਰੀ ਡਿਸਾਈਡ ਕੀਤੀ ਸੀ, ਉਸ ਦੇ ਵਿੱਚ ਆਫਟਰ ਵੀਜ਼ਾ ਦੇਣ ਲੱਗਾ ਸੀ, ਰਿਫਿਊਜ਼ ਹੋ ਗਿਆ।
हूँ रिफ्यूज़ किसी भी तरह हो सकता है, ये नहीं कि आफ्टर वीज़ा रिफ्यूज़ नहीं हो सकता या बिफोर वीज़ा रिफ्यूज़ नहीं होंगे या एस पी पी रिफ्यूज़ नहीं होंगे या जर्नल रिफ्यूज़ नहीं होंगे। प्रॉब्लम इतने जो बच्चे यही नहीं पता होंगे कि उनके कि डॉक्यूमेंट उत्थे लगे, फाइल की लगी, किलज एडमिशन से किमें जाना सी, फिर उस कंट्री स्विच करन दे इलावा बच्चे को कोई होर रस्ता नहीं रह जाता। प्लीज़ तुसी अपनी फाइल दे संबंधित हर डॉक्यूमेंट थोड़े कोल होने चाहिए वीज़ा लगन तो बाद भी, क्योंकि जो तुसी नैक्सट किसी प्रोसैस से जाओगे तुहानू हर संबंधित डॉक्यूमेंट थोड़ी इमीग्रेशन तो रिलेटिड थोड़े कोल होना जरूर चाहिए। बिल्कुल ठीक है गल, इसे मुद्दे लैके मैं हुण कैनेडा वाल आऊँगा। दो बहुत वड्डे इशूज़ पंजाब दे विच बच्चों की जिहड़ी हैगी है रिजैक्शन का कारण बन रहे हैं। पहला कोर्स की सिलैक्शन गलत होना एस पी पी दे विच चाहे जनरल दे विच चाहे यूनिवर्सिटी दे विच। दूजा आ जाता कि परसेंटेज भावें 70% है, फॉर एग्जाम्पल कमिस्ट्री दे विच बच्चे दे जिहड़े 50% ने और जिहड़ा तुसीं अगे कोर्स दिता कैनेडा दे विच उहदा कमिस्ट्री दा उहदे विच रोल है, कॉन्टेंट है बहुत, उहदे विच ही तुसीं वीक हो, उस दे आधार ते तुसीं कोर्स ले लिया। दो चीज़ां बहुत वड्डे इशू ने। मैं इस संबंधित पहला सवाल यह पूछना चाहूँगा कि पता होंदे हुए भी कंसलटेंट्स, मैं दोष नहीं तुहाडी कंपनी ते ला रहा किसी होर ते ला रहा, एक जनरल गल कर रहे हैं पंजाब की, बच्चा कंसलटेंट्स नहीं है, बच्चा कंसलटेंट्स को जाता है वह नलसिस करता है, कंसलटेंसी दिता है कि हाँ तेरा वीज़ा लग जूगा, जो वीज़ा रिजैक्ट हो जाता फिर वो कहता जी कमिस्ट्री दे विच नंबर घट से इस करके नहीं लग्या, 50% से बाकियों से तो ठीक से, दोबारा ट्राई करके देखते हैं हूँ मैथ के आधार पर लाने। ये चीज़ा पहला क्यों नहीं देखिया जाए, उही गल आ गई कि स्टाफ बिल्कुल दिक्कत, मालक को टाइम नहीं है कि एक्सपर्टीज़ नहीं। देखो रणबीर जी, इन्हें तीनों मैटर आते हैं। पहली पहला मैटर तो यह है कि उन्हें कितने असैसमेंट पेप लिमिटेड टाइप तो नहीं है, लैट सपोज उस कोर्सेज ने उस को जो टाइप्स ने वो लिमिटेड ने, सिर्फ दो चार कॉलेजेस ने, उदे को अलग ऑप्शन नहीं है जिन्हों असी कह सकते हैं कि कमीशन ही उत्थों आनी है बंदे नू, सिर्फ कमीशन के लालच थोनू धकेल दिंदा कितने भी। दूजी चीज़ असी पहले भी डिस्कस कर चुके हैं, लाइक सैटलिंग ब्रॉड असी कई यूनिवर्सिटीज़ नाल काम करते हैं जो किसी तरह की एजेंट्स एग्रीमेंट करती नहीं, बट असी बच्चे नू भेजते हैं क्योंकि सानू पता है कि उस यूनिवर्सिटी का वीज़ा रिफ्यूज़ नहीं होएगा। दूजा कारण लैक ऑफ एक्सपर्टाइज़ भी है। हुण मान लो एक बच्चे का इंट्रस्ट, मैं एक बच्चे का वीज़ा लवाया यूनिवर्सिटी ऑफ मैनीटोबा विच, मैथ बेस्ड वीज़ा सी सारा जो मैक्सिमम कंटेंट मैथ दा सी, पर बच्चे दे मैथ ही 60% नंबर सी, ओवरऑल उन्दे 75 सी। हुण उन्हूं 3 तो 4 महीने फर्स्ट सैशन विच मैथ दी क्लासा नाल दित्ती गई हैं ताकि क्रेडिट जिहड़ा है वो इक्वलेंट आ सके, वीज़ा ग्रांट हो गया। हुण इत्थे ये चाहिदा सी कंसलटेंट नूं, कंसलटेंसी नूं या तां कमिस्ट्री बेस्ड प्रोग्राम ना दिंदा, जे कमिस्ट्री बेस्ड प्रोग्राम दिता तो फिर कमिस्ट्री की क्लासा अडिशनल सब्जेक्ट नाल होना चाहिए सी ताकि उनके क्रेडिट जिहड़े ने वो प्रोपर हो पाते। देखो जारगल्स तो बहुत लोगों ने सुने सुनाए सीख ले कि क्रेडिट कैसे, क्रेडिट ट्रांसफर हो गया जी, कैप्स नोट निकल आते हैं जी, एस पी पी कोर्स कंटेंट मैच करने चाहिए, बट रणबीर जी तुसी मनो कि कंसलटेंसिया के मालिक इन्ने अनपढ़ ने कि उन्होंने अगर तुसी और जो उन्होंने स्टाफ ने इन्ना कनकम है कि कैनेडा की कैपिटल का भी नहीं पता होना। मैं बड़े दुखांत नाल एक दिन पहला भी टीवी पर गल की थी, किसी कंपनी के दफ्तर जाने का मौका मिलया, उस दफ्तर के एक लड़की किसी लड़के को काउंसलिंग कर रही थी कैनेडा संबंधी, कहना चाह रही थी कि तुसी इनकम सोर्स के अपनी खेतीबाड़ी दियाँ जिहड़ियां हैगियां अगे वर्ड यूज़ करना सीगा जो उन्होंने कहना नहीं आ रहा सी, वो कदे कुछ कह दिया करे, कदे कुछ कह दिया करे, कदे कुछ कह दिया करे, लिमिट नहीं पता सी उस लड़की नूं। सो जो तुहानूं किसी फील्ड का ज्ञान नहीं है तो क्यों काउंसलिंग करते हो, वो बच्चा बेचारा कन्फ्यूज सीगा उत्थों उठ के चले गया। कल एक रिफ्यूजल दिखा के गया बच्चा, चैनल ही आया सी किसी कंसलटेंट्स तो रिफ्यूजल लग गई सी फिजिक्स कमिस्ट्री मैथ दे विचों, कमिस्ट्री सब तो ज़्यादा नंबर बच्चे नूं कोर्स दिता हुआ कंप्यूटर का। मैं कहा बेटा मैं कंसलटेंट नहीं पर मैं तुहानूं दस देना कि तुहानूं लैब टैक्नीशियन का कोर्स लेना चाहिए सी, कमिस्ट्री सब तो ज़्यादा नंबर है, ठीक है, केप्स नोट कढ़ाने लिए कहा गया, चलो ठीक है वीज़ा आ जूगा। इस तरह दियाँ गलतियाँ जिहड़ियां कि आम बंदियां नूं भी शो सुन सुन के पता लग गई कि मैथ दे नाल कंप्यूटर जे कमज़ोर है तो ना दईए, लैब टैक्नीशियन केमिकल इंजीनियरिंग भी लै सकदा सी,
ਕੈਮੀਕਲ ਇੰਜੀਨੀਅਰ ਬੜੇ ਨੇ ਜੀ ਮੈਂ ਇੱਕ ਐਗਜ਼ਾਮਪਲ ਦਿੱਤੀ ਬਿਲਕੁਲ ਬੜੇ ਕੋਰਸ ਨੇ ਬੜੇ ਕੋਰਸ ਕਿਉਂ ਇਸ ਤਰ੍ਹਾਂ ਦੀ ਗਲਤੀ ਕਰ ਰਿਹਾ ਪੰਜਾਬ ਦੇ ਵਿੱਚ ਏਜੰਟ 10-20 ਹਜ਼ਾਰ ਰੁਪਏ ਦੇ ਲਾਲਚ ਦੇ ਵਿੱਚ ਬਟ ਬੱਚੇ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਬੱਚਾ ਅਵੇਅਰ ਥੋੜਾ ਜਿਹਾ ਹੋਣਾ ਇਸ ਵਕਤ ਜ਼ਰੂਰੀ ਹੈਗਾ ਔਰ ਵੀਰ ਜੀ ਇਸ ਖਾਸ ਇੱਕ ਗੱਲ ਹੋਰ ਚੱਕਣਾ ਚਾਹੂੰਗਾ ਬੱਚਿਆਂ ਨਾਲ ਅਵੇਅਰ ਤਾਂ ਹੋ ਰਿਹਾ ਮੈਂ ਇਹੋ ਜਿਹੇ ਕੇਸਿਸ ਸੁਣਨ ਵਿੱਚ ਆਇਆ ਕਿ ਬੱਚੇ ਦੀ ਦੋ-ਦੋ $2,500-2,500 ਫੀਸ ਵੀ ਕੱਟ ਜਾਂਦੀ ਹੈ ਉੱਥੇ ਔਰ ਬੱਚਾ ਵਿਚਾਰਾ 6-6, 8-8 ਮਹੀਨੇ ਦੇਖੋ ਸਾਡੇ ਮੈਕਸੀਮਮ ਬੱਚੇ ਹੈਂਡ ਟੂ ਮਾਊਥ ਨੇ ਉਹਨਾਂ ਕੋਲ ਉਨੇ ਕੁ ਪੈਸੇ ਨੇ ਜਿੰਨਾ ਕੁ ਪੈਸੇ ਉਹ ਕੈਨੇਡਾ ਵਿੱਚ ਮੰਨ ਲਓ ਲੈਟਸ ਸਪੋਜ਼ ਫਸਾ ਲੈਂਦੇ ਨੇ ਉਹਨਾਂ ਨੇ GIC ਖੋਲਿਆ $10,000 ਭੇਜਤੇ ਉਹਨਾਂ ਨੇ ਫੀਸ ਭੇਜਤੀ ਹੁਣ ਉਹ ਰਿਫਿਊਜ਼ ਹੋ ਗਏ ਹੁਣ ਜਦੋਂ 6-8 ਮਹੀਨਿਆਂ ਤੱਕ ਅਗਰ ਉਹਨਾਂ ਦੀ 4 ਜਾਂ 5 ਮਹੀਨੇ 6 ਮਹੀਨੇ ਫੀਸ ਨਹੀਂ ਆਈ ਉਹ ਵਿਚਾਰੇ ਅਗਲੀ ਕਿਸੇ ਜਗ੍ਹਾ 'ਤੇ ਅਪਲਾਈ ਜਾਣ ਜੋਗੇ ਨਹੀਂ ਗੈਪ ਵੱਧ ਜਾਂਦਾ ਉਸਦਾ ਖਮਿਆਜ਼ਾ ਕਈ ਵਾਰ ਉਹਨਾਂ ਨੂੰ ਆਪਣਾ ਸੁਪਨਾ ਡਰੋਪ ਆਊਟ ਕਰਕੇ ਵੀ ਚੁਕਾਉਣਾ ਪੈਂਦਾ ਔਰ ਮੈਂ ਇੰਨਾ ਕੁ ਹੈਰਾਨ ਹਾਂ ਕੁਛ ਕੰਸਲਟੈਂਸੀਜ਼ 'ਤੇ ਉਹ ਇੱਕ ਅੱਛੇ US ਦਾ ਵੀਜ਼ਾ ਲੱਗਣ ਵਾਲੇ ਕੈਨੇਡਾ ਦਾ ਵੀਜ਼ਾ ਜਿਸ ਬੱਚੇ ਨੂੰ ਅਸੀਂ ਥੋੜ੍ਹਾ ਜਿਹਾ ਬੂਸਟਅਪ ਕਰਕੇ 5 ਬੈਂਡ ਵਾਲੇ ਨੂੰ 5.5 ਬੈਂਡ ਵਾਲੇ ਨੂੰ ਥੋੜ੍ਹਾ ਜਿਹਾ ਬੂਸਟਅਪ ਕਰਕੇ ਵੀਜ਼ਾ ਵਧੀਆ ਕੰਟਰੀਆਂ ਦਵਾ ਰਹੇ ਹਾਂ ਉਹਨਾਂ ਨੂੰ ਵੀ ਸਾਈਪ੍ਰਸ ਸਿੰਗਾਪੁਰ ਯੂਰਪ ਦੀਆਂ ਛੋਟੀ-ਛੋਟੀ ਕੰਟਰੀਆਂ ਵਿੱਚ ਧਕੇਲਤਾ ਜਾਂਦਾ ਆਪਾਂ ਇਹ ਨਹੀਂ ਕਹਿੰਦੇ ਕਿ ਕੰਟਰੀਆਂ ਮਾੜੀਆਂ ਬਿਲਕੁਲ ਲੈਵਲ ਆਫ ਐਜੂਕੇਸ਼ਨ ਦੇ ਮੁਤਾਬਕ ਤੁਹਾਡੇ ਲਈ ਉਹ ਵੀ ਸੋਹਣੀ ਹੈ ਹਾਂ ਇੰਡੀਆ ਵੀ ਸੋਹਣੀ ਹੈ ਪਰ ਗੱਲ ਇਹ ਹੈ ਕਿ ਜਦੋਂ ਤੁਹਾਡੀ ਐਲੀਜੀਬਿਲਟੀ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਲਈ ਬਣਦੀ ਹੈ ਤੁਸੀਂ ਫਿਰ ਗਲਤ ਕੰਟਰੀ ਕਿਉਂ ਚੂਜ਼ ਕਰ ਲਿਓ ਕਿਉਂਕਿ ਤੁਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਔਰ ਤੁਹਾਨੂੰ ਕਿਹਾ ਨਹੀਂ ਜਾਂਦਾ ਮਿਹਨਤ ਕਰ ਲਈ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਅਸੀਂ ਤੁਸੀਂ ਮੈਨੂੰ ਪਹਿਲੇ ਪੁੱਛਿਆ ਸੀ ਜਦੋਂ ਅਸੀਂ ਬੈਕ ਸੈਮੀਨਾਰ ਕੀਤਾ ਸੀ ਕਿ ਮੁੱਖ ਕੰਮ ਬੰਦਿਆਂ ਦਾ ਮਨ ਤਾਂ ਹੁੰਦਾ ਕਿ ਉੱਥੇ ਬੰਦੇ ਇਕੱਠੇ ਹੋਣ 10-20 ਹਜ਼ਾਰ ਇਕੱਠਾ ਕੀਤਾ ਜਾਏ ਕੇਸ ਬਲੌਕ ਕਰ ਦਿੱਤਾ ਜਾਏ ਉਹਨਾਂ ਨੂੰ ਇਹ ਨਾ ਕਿਹਾ ਜਾਏ ਕਿ ਤੁਸੀਂ ਆਈਲਸ 'ਤੇ ਜ਼ੋਰ ਲਾਓ ਜਾਂ ਪ੍ਰਪਰੇਸ਼ਨ 'ਤੇ ਜ਼ੋਰ ਲਾਓ ਮੈਂ ਫਿਰ ਕਹਿੰਦਾ ਕਿ ਇੱਕ ਸਹੀ ਕੰਸਲਟੈਂਸੀ ਇੱਕ ਲੋ ਪ੍ਰੋਫਾਈਲ ਦਾ ਵੀ ਵੀਜ਼ਾ ਲਵਾਉਣ ਦੀ ਤਾਕਤ ਰੱਖਦੀ ਹੈ ਅਗਰ ਉਸਦੇ ਡਾਕੂਮੈਂਟ 'ਤੇ ਉਹ ਤਰੀਕੇ ਨਾਲ ਵਰਕ ਕਰੇ ਤਾਂ ਔਰ ਇੱਕ ਸਹੀ ਕੇਸ ਦਾ 7 ਬੈਂਡ ਵਾਲੇ ਕੇਸ ਦਾ ਵੀ ਇੱਕ ਗਲਤ ਡਿਸੀਜ਼ਨ ਬੇੜਾ ਗਰਕ ਕਰ ਦਿੰਦਾ ਵੀਜ਼ਾ ਰਿਫਿਊਜ਼ ਕਰਾ ਦਿੰਦਾ ਲੈਕ ਆਫ ਇਨਫੋਰਮੇਸ਼ਨ ਨਾਲ ਜ਼ਰੂਰ ਜੀ ਅਸੀਂ ਵਧੀਆ ਵਧੀਆ ਬੰਦਿਆਂ ਨੇ ਆਫਿਸ ਖੋਲ੍ਹ ਲਏ ਮੈਡਮਾਂ ਬਿਠਾ ਲਈਆਂ ਉਹ ਮੈਡਮਾਂ ਨੂੰ ਕੈਪਸ ਨੋਟਸ ਦਾ ਨਹੀਂ ਪਤਾ ਕਿ ਉਹਨਾਂ ਨੂੰ ਇੰਨਾ ਵੀ ਪੁੱਛ ਲਓ ਕਿ ਕੈਪਸ ਨੋਟ ਦੀ ਮੇਲ ਕਿਹੜੇ ਕੈਨੇਡਾ ਦੀ ਕਿਹੜੀ ਹੈਲਪ ਡੈਸਕ 'ਤੇ ਜਾਏਗੀ ਇਹ ਵੀ ਨਹੀਂ ਪਤਾ ਬਹੁਤ ਸੀ ਐਸੀ ਗੱਲਾਂ ਨੇ I-20 ਕੀ ਹੈ ਉੱਥੇ OPT ਕਿਵੇਂ ਲੱਗੇਗੀ ਕਿਸ ਤਰ੍ਹਾਂ ਇਨ ਵਰਕਆਊਟ ਉਹ ਕੋਪਅਪ ਪ੍ਰੋਗਰਾਮ ਕੀ ਹੈ ਦੇਖੋ ਰਣਵੀਰ ਜੀ ਸਭ ਤੋਂ ਘੱਟ ਕੋਪਅਪ ਪ੍ਰੋਗਰਾਮ ਦੀ ਕਾਉਂਸਲਿੰਗ ਪੰਜਾਬ ਦੇ ਵਿੱਚ ਦਿੱਤੀ ਜਾਂਦੀ ਹੈ ਜਦਕਿ ਸਾਡੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕੋਪਅਪ ਦੀ ਕਿਉਂਕਿ ਮੈਂ ਵੀ ਇਸ ਚੀਜ਼ ਦੇ ਨਾਲ ਸਹਿਮਤ ਹਾਂ ਜਦੋਂ ਬੱਚਾ ਕੈਨੇਡਾ ਜਾਂਦਾ ਪੜ੍ਹਾਈ ਕਰਦਾ ਤਜਰਬਾ ਲੈਣ ਜਾਂਦਾ ਕਿਸੇ ਕੋਲ ਉਹ ਪਹਿਲਾਂ ਹੀ ਪੁੱਛ ਲੈਂਦੇ ਤੁਹਾਨੂੰ ਕੋਈ ਪਹਿਲਾਂ ਤਜਰਬਾ ਹੈ ਪਹਿਲਾਂ ਤਜਰਬਾ ਕਿੱਥੋਂ ਆਊਗਾ ਤੁਸੀਂ ਤਾਂ ਇੰਡੀਆ ਤੋਂ ਗਏ ਹੋ ਜਦੋਂ ਕੋਪਅਪ ਦੇ ਵਿੱਚ ਜਾਂਦੇ ਹੋ ਤੁਹਾਨੂੰ ਆਟੋਮੈਟਿਕਲੀ ਜੋਬ ਮਿਲਦੀ ਹੈ ਉਹਦੇ ਪੈਸੇ ਮਿਲਦੇ ਨੇ ਤਜਰਬਾ ਤੁਹਾਡੇ ਕੋਲ ਆ ਜਾਂਦਾ ਤੁਹਾਨੂੰ ਜੋਬ ਮਿਲਦੀ ਔਰ ਜੋਬ ਤੋਂ ਬਾਅਦ ਤੁਸੀਂ ਫੀਲਡ ਦੇ ਵਿੱਚ ਕੰਮ ਕਰਕੇ PR ਵੱਲ ਜਾਂਦੇ ਹੋ ਕੋਪਅਪ ਵਰਗੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵਰਗੇ ਚੰਗੇ ਟੈਕਨੀਕਲ ਸਪੈਸ਼ਲਾਈਜ਼ਡ ਕੋਰਸ ਨੇ ਇਹਨਾਂ ਲਈ ਚੰਗੇ ਕੰਸਲਟੈਂਟਸ ਦੀ ਚੋਣ ਕਰੋ ਤਾਂ ਹੀ ਜਿਹੜਾ ਕੈਨੇਡਾ ਦੇ ਵਿੱਚ ਤੁਹਾਡਾ ਭਵਿੱਖ ਬਣ ਸਕਦਾ ਹੈ ਉਹਨਾਂ ਬੱਚਿਆਂ ਦੀ ਵੀ ਗੱਲ ਕਰ ਲਈਏ ਜੀ ਜਿਨ੍ਹਾਂ ਦੇ ਕੋਲ ਬੈਂਡ ਘੱਟ ਨੇ ਬਜਟ ਘੱਟ ਹੈ ਲੋ ਪਰਸੈਂਟੇਜ ਹੈ ਉਹ ਵਿਦੇਸ਼ ਜਾਣ ਦਾ ਸੁਪਨਾ ਲੈ ਰਹੇ ਨੇ ਸੈਟਲ ਹੋਣ ਦਾ ਸੁਪਨਾ ਲੈ ਰਹੇ ਨੇ ਬਟ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ ਅਸੀਂ ਵੀਜ਼ਾ ਬਾਰੇ ਤਾਂ ਬਹੁਤ ਵਾਰੀ ਪੋਲੈਂਡ ਦੀ ਗੱਲ ਕੀਤੀ ਹੈ ਸੈਟਲਮੈਂਟ ਦੀ ਮੈਂ 2 ਮਿੰਟ 'ਚ ਗੱਲ ਕਰਨੀ ਚਾਹੂੰਗਾ ਕਿ ਵਾਕਈ ਸਕੋਪ ਹੈਗਾ ਪੋਲੈਂਡ ਦੇ ਬਿਲਕੁਲ ਬਿਲਕੁਲ ਰਣਵੀਰ ਜੀ ਮੈਂ ਪੋਲੈਂਡ ਮੈਕਸੀਮਮ ਸ਼ੈਨੀਗਨ ਕੰਟਰੀਜ਼ ਕੈਨੇਡਾ US ਜਿੰਨੀ ਬੈਂਡ ਰਿਕੁਆਇਰਮੈਂਟ ਮੰਗਦੀਆਂ ਨੇ ਕੁਝ ਕੰਟਰੀਜ਼ ਤਾਂ ਇਹਨਾਂ ਤੋਂ ਜ਼ਿਆਦਾ ਵੀ ਬੈਂਡ ਰਿਕੁਆਇਰਮੈਂਟ ਮੰਗਦੀਆਂ ਇਹੀ ਇਕੱਲੀ ਕੰਟਰੀ ਹੈ ਜੋ ਲੈਂਗੁਏਜ ਕੋਰਸ ਦੇ ਨਾਲ ਮੇਨ ਕੋਰਸ ਆਫਰ ਕਰਦੀ ਹੈ ਸਿਰਫ ਇਹ ਕੀ ਚਾਹੁੰਦੀ ਹੈ ਬੱਚਿਆਂ ਤੋਂ ਕਿ ਉਹ 7-8 ਲੱਖ ਰੁਪਇਆ 3 ਮਹੀਨੇ ਪੁਰਾਣਾ ਦਿਖਾ ਸਕੇ ਸਟੇਟਮੈਂਟ ਆਫ ਪਰਪਜ਼ ਆਪ ਲਿਖ ਕੇ ਆਵੇ ਔਰ 2-3 ਮਿੰਟ ਇੰਗਲਿਸ਼ ਵਿੱਚ ਬੋਲਣ ਦੀ ਕਾਬਲੀਅਤ ਹੋਵੇ ਸਾਡੇ ਬੱਚੇ ਨੂੰ 2-3 ਮਹੀਨੇ 4 ਮਹੀਨੇ ਪੋਲੈਂਡ ਦੀ ਫਾਈਲਿੰਗ 'ਤੇ ਲਾ ਲਿੱਤੇ ਜਾਂਦੇ ਨੇ ਸਾਡੇ ਬੱਚਿਆਂ ਨੂੰ ਇੰਨਾ ਵੀ ਜ਼ੋਰ ਨਹੀਂ ਲਾਇਆ ਜਾਂਦਾ ਕੰਪਨੀਜ਼ ਦੁਆਰਾ ਕਿ ਉਹਨੂੰ 2-3 ਮਿੰਟ ਬੋਲਣ ਦੀ ਟ੍ਰੇਨਿੰਗ ਤੱਕ ਦੇ ਦਿੱਤੀ ਜਾਵੇ ਇਹ ਸਭ ਤੋਂ ਵੱਡਾ ਦੁਖਾਂਤ ਹੈ ਔਰ ਬਹੁਤ ਵੱਡੀ ਗੱਲ ਇਹ ਹੈ ਕਿ ਪੋਲੈਂਡ ਦੇ ਵਿੱਚ ਅਗਰ ਬੱਚਾ 1.5-2 ਸਾਲ ਤਰੀਕੇ ਨਾਲ ਪੜ੍ਹ ਲੈਂਦਾ ਤਾਂ ਆਫਟਰ ਜੋਬ ਜੋ ਵਰਕ ਪਰਮਿਟ ਉਹਨੂੰ ਮਿਲਣਾ ਉਸ ਦੇ ਵਿੱਚ ਉਹ 26 ਕੰਟਰੀਆਂ ਵਿੱਚ ਕਿੱਥੇ ਵੀ ਮੂਵ ਕਰ ਸਕਦਾ ਉਸ ਕਾਰਡ ਦੇ ਉੱਤੇ ਸਾਰੀ ਕੰਟਰੀਆਂਜ਼ ਵਿੱਚ ਵੈਲੀਡੇਸ਼ਨ ਹੁੰਦੀ ਹੈ ਬਟ ਇਸ ਵੀਜ਼ੇ ਨੂੰ ਬਹੁਤ ਲੋਕ ਸ਼ੈਨੀਗਨ ਸਟੱਡੀ ਵੀਜ਼ਾ ਕਹਿ ਕੇ ਵੀ ਵੇਚਦੇ ਨੇ ਜੋ ਕਿ ਵਰਡ ਹੀ ਐਗਜ਼ਿਸਟ ਨਹੀਂ ਕਰਦਾ ਇਸ ਲਈ ਰਣਵੀਰ ਜੀ ਜੋ ਸਹੀ ਸਲਾਹ ਲੈਣ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਪੋਲੈਂਡ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਬੱਚਾ ਅੱਛਾ ਸਾਡੇ ਪੰਜਾਬੀ ਬਹੁਤ ਉੱਥੇ ਪੜ੍ਹਦੇ ਨੇ
थोनू पता होएगा कि गुरु ग्रंथ साहब ने हुण पॉलिश दे विच कन्वर्ट किया जा रहा है, क्योंकि साढ़े उत्थे कई सैकेंड पीढ़ी आ गई है और उस पीढ़ी नू शायद कल्चर तो दूर है, इसलिए जो बहुत सी साढ़े धर्म नू लैके बहुत सी चीज़ा अच्छिया हो रही उत्थे और साढ़ा बच्चा उत्थे सैटल हो सकता है, कोई प्रॉब्लम नहीं है, बट जरूरत है फंडिंग नू सही तरीके नाल मैनेज करन दी। आन वाले समय दे विच आज तो 6 महीने बाद एक गल तुसी मन्नोगे कि हो बाकी कंट्रीज़ होर भी सख्त होण जा रही ने वीज़ा दी शर्तां नू लैके, तो इसलिए खास ध्यान रखो अपनी स्टडीज़ दा, अपने डॉक्यूमेंटेशन दा, अननसैसरी गैप ना वधन दो, सही चोन करो, जो एक हर कंपनी थानू सर्विस दे रही है फ्री असैसमेंट दी, उसका फायदा चुको, 5-7-8 जगह जरूर जाके आओ, एक्सपर्टाइज की सलाह लो, फिर डिसाइड करो कि थोड़े लिए की बैटर। जो कुछ वीडियोज़ ने विद्यार्थी अपना एक्सपीरियंस शेयर करेंगे, 2 मिनट लावांगे, उस तो बाद फिर पोलैंड। हेलो फ्रेंड्स, मेरा नाम अभिषेक कोहली है, मैं पटियाले तो रहने वाला, तो मैं चंडीगढ़ सैटलिंग अब्रोड के लिए आया कि मेरा सिंगापुर का वीज़ा लग जाए, तो मैनू आज जिन्ना इन्होंने सर ने टाइम दिता से उस तो बहुत पहला मेरा वीज़ा आ गया, जिस नाल मैं बहुत खुश हाँ। मैं चाहता कि पटियाले की पूरे के पूरे जिन्हें भी अपने मेरे यार दोस्त हैं जिन्होंने बाहर जाना है स्टडी के कारण, तुम उरे आओ, थोड़ा वीज़ा जरूर लगेगा। सत श्रीकाल जी, इंदिरा जी जी ने इन्हों ने साढ़े को यूरोप का वीज़ा अपलाई किया, इन्हों की प्रोफाइल से जो कि 5-6 साल का गैप से, अज इन्हों का यूरोप का वीज़ा आ गया, अज इन्हों से यूरोप का वीज़ा दे रहे हैं, तो बहुत ही खुश नज़र आ रहे हैं, ये अपने विचार थोड़े नाल सांझे करनगे अच्छ। सत श्रीकाल जी, मेरा नाम इंदिराजीत सिंह, जो कि मैं यूपी का रहने वाला हाँ, मैं प्लस टू की जो कि 5-6 साल का गैप हो गया, मैं 1 साल तो भटक रहा हाँ, जो कि किसी कैंसर अटेंड को मेरा वीज़ा नहीं लग पाया, मैं फाइनली सैटलिंग अब्रोड को मेरा केस अप्लाई किया जो कि मेरा आज वीज़ा आ गया, मैं बहुत खुश हाँ। हाँ जी, मेरा बेटा जी इंदरजीत सिंह, तो अभी अप्लाई किया ही, तो कोई पैसा नहीं साढ़े तो इन्हें लिया, बाद जो वीज़ा सानू दिता है तो बहुत खुश हाँ, तो पेमेंट बाद ही किया है, बाकी जिन्हें कि होर भी करना हो भी कर सकता है जी। अज इन्हों के वीज़ा इतने असं इन्हों एक लैपटॉप कंपनी तरफ तो प्रोवाइड कर रहे हैं। थैंक यू, धन्यवाद। सो वीडियोज़ तो बाद दो ही सवाल पूछूंगा जी, पहला किस इनटेक लिए हूँ एप्लीकेशन जाएगी पोलैंड? देखो जी, समर इनटेक अवेलेबल है, जून में बच्चे जाएंगे पोलैंड दे विच, और हुन राइट टाइम है एप्लीकेशन मूव करन दा, क्योंकि हुन ही असी उन्होंने फंडिंग किवें करनी है और सारी सलाहां दे दांगे और इंटरव्यू प्रिपरेशन भी स्टार्ट करा देंगे, तो दिस इज़ द राइट टाइम। फ्री है जां पेड है? नहीं, ऑफर लैटर फ्री ऑफ कॉस्ट है, उस तो बाद इतने कुछ एरो अपने एडमिशन कन्फर्म कराने लिए देने पैंदे है, और एक अकोमोडेशन का लैटर आता है कुछ एरो पढ़ के, क्योंकि इतने 2 ऑफर लैटर्स आदि हैं, एक ऑफर लैटर इज़ फॉर लैंगुएज एंड सैकेंड इज़ फॉर मेन कोर्स, इसलिए 2 ऑफर लैटर्स तो बाद लैटर ऑफ एक्सैप्टेंस आता है, फिर बच्चा वीज़ा लिए अपलाई करता। थैंक यू गौरव जी स्टूडियो के दर्शकों का शुक्रिया, कल रिपीट टेलीकास्ट में लगे तो तक अपने दोस्त रणबीर सिंह अगर धनबाद।